ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਨਾਨਕ ਨਾਮ ਲੇਵਾ ਸੰਗਤਾਂ, ਅਤੇ ਸਮੁੱਚੀਆਂ ਹੀ ਜਿੰਨੀਆਂ ਸਾਰੀਆਂ ਹੀ ਗੁਰਬਾਣੀ ਸਰਵਣ ਕਰਦੀਆਂ ਨੇ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਕੁਛ ਦਿਨ ਹੋ ਗਏ ਨੇ PTC ਚੈਨਲ ਵਾਲਿਆਂ ਨੇ ਇੱਕ ਵੈਬਸਾਈਟ 'ਤੇ ਚੈਨਲ ਆ ਜਿਹੜਾ ਸਿੱਖ ਸਿਆਸਤ, ਅਤੇ ਉਹਨੂੰ ਉਹਨਾਂ ਨੇ ਇੱਕ ਨੋਟਿਸ ਕੱਢਿਆ ਕਿ ਜਿਹੜਾ ਸ੍ਰੀ ਦਰਬਾਰ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਜਾਂਦਾ ਆ ਉਹਦਾ ਤੇ ਕੇਵਲ ਇਕੱਲਾ PTC ਦਾ ਹੀ ਹੱਕ ਆ ਕਿ ਉਹੀ ਇਕੱਲਾ ਰਿਲੇ ਕਰ ਸਕਦਾ, ਹੋਰ ਕੋਈ ਚੈਨਲ ਰਿਲੇ ਨਹੀਂ ਕਰ ਸਕਦਾ। ਅਸੀਂ ਉਸ ਗੱਲ ਦੀ ਜਿਹੜੀ ਇਹਨਾਂ ਨੇ ਉਹ ਇੱਕ ਆਪਣਾ ਹੱਕ ਜਿਤਾਇਆ, ਜਿਹੜੀ ਉਹਨਾਂ ਨੇ ਆਪਣੀ ਜਿਹੜੀ ਆ ਜੱਦੀ ਜਾਇਦਾਦ ਹੀ ਸਮਝੀ ਆ, ਅਸੀਂ ਉਹਦੀ ਬਹੁਤ ਨਿਖੇਧੀ ਕਰਦੇ ਹਾਂ। ਅਤੇ ਦੂਜਾ ਅਸੀਂ ਪ੍ਰਸ਼ਾਸਨ ਨੂੰ ਅਤੇ ਸ਼੍ਰੋਮਣੀ ਕਮੇਟੀ ਨੂੰ, ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਵੇਂ ਪਹਿਲੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ ਨੇ, ਗੁਰਬਾਣੀ ਦੀ ਬੇਦਬੀ ਹੋਈ ਆ, ਉਹਨਾਂ ਲੋਕਾਂ ਦੇ 295 ਇਹਦੇ ਪਰਚੇ ਦਰਜ ਕੀਤੇ ਗਏ ਨੇ ਜਾਂ ਕੁਛ ਹੋਰ ਧਰਾਵਾਂ ਲਾ ਕੇ ਵੀ ਕੀਤੇ ਗਏ ਨੇ, ਉਸੇ ਤਰ੍ਹਾਂ ਹੀ ਇਹਨਾਂ ਨੇ ਵੀ ਆਪਣਾ ਹੱਕ ਜਿਤਾ ਕੇ ਗੁਰਬਾਣੀ 'ਤੇ, ਕਿਉਂਕਿ ਸਰਬ ਸਾਂਝੀ ਗੁਰਬਾਣੀ ਹਰੇਕ ਵਾਸਤੇ ਆ, ਹਰੇਕ ਮਨੁੱਖ ਵਾਸਤੇ ਆ, ਹਰੇਕ ਵਾਸਤੇ ਆ, ਕਿਉਂਕਿ ਸਾਂਝੀ ਵਾਲਤਾ ਦਾ ਸੁਨੇਹਾ ਦਿੰਦੀ ਆ। ਅਤੇ ਉਸ ਵਾਸਤੇ ਇਹਨਾਂ ਨੇ ਵੀ PTC ਚੈਨਲ, ਉਹਦੇ ਮਾਲਕਾਂ ਨੇ ਬੇਦਬੀ ਕੀਤੀ ਆ ਗੁਰਬਾਣੀ ਦੀ, ਇੰਨੀ ਗੱਲ ਕਹਿ ਕੇ ਕਿ ਵੀ ਇਹ ਸਾਡੀ ਨਿੱਜੀ ਪ੍ਰੋਪਰਟੀ, ਉਹਨਾਂ ਨੇ ਇਹ ਗੱਲ ਇਹਨੂੰ ਨਿੱਜੀ ਪ੍ਰੋਪਰਟੀ ਦੇ ਤੌਰ 'ਤੇ ਲਿਆ ਆ ਵੀ ਇਹ ਸਾਡਾ ਨਿੱਜੀ ਚੈਨਲ ਆ, ਨਿੱਜੀ ਚੈਨਲ ਤੋਂ ਸਾਡਾ ਉਹਨਾਂ ਨਾਲ ਜਿਹੜੀ ਆ ਸਾਡੀ ਠੇਕੇਦਾਰੀ ਇਸ ਕੰਮ ਦੀ, ਵੀ ਇਹ ਅਸੀਂ ਇਕੱਲੇ ਇਹਨੂੰ ਰਿਲੇਅ ਕਰ ਸਕਦੇ ਹਾਂ ਹੁਕਮਨਾਮਾ ਸਾਹਿਬ ਨੂੰ, ਹੋਰ ਕੋਈ ਨਹੀਂ ਕਰ ਸਕਦਾ। ਅਤੇ ਅਸੀਂ ਉਸ ਗੱਲ ਦੀ ਨਿਖੇਧੀ ਕਰਦੇ ਹਾਂ ਅਤੇ ਸਾਰਿਆਂ ਸੰਗਤਾਂ ਨੂੰ ਇਸ ਗੱਲ ਦੀ ਅਪੀਲ ਕਰਦੇ ਹਾਂ ਕਿ ਆਓ ਹੰਭਲਾ ਮਾਰੀਏ ਆਪਾਂ ਸਾਰੇ ਜਾਣੇ ਤਕੜੇ ਹੋ ਕੇ, ਜਿਹੜਾ ਇਹਨਾਂ ਤੋਂ PTC ਵਗੈਰਾ ਹੋਰ ਜਿਵੇਂ ਸ਼੍ਰੋਮਣੀ ਕਮੇਟੀ ਗੁਲਾਮ ਆ, ਅਕਾਲ ਤਖ਼ਤ ਦੇ ਜਥੇਦਾਰ ਗੁਲਾਮ ਨੇ, ਉਹਨਾਂ ਨੂੰ ਆਜ਼ਾਦ ਕਰਵਾਈਏ, ਜਿੱਥੇ ਨਾਲ ਅਸੀਂ ਬਾਦਲਕਿਆਂ ਤੋਂ ਇਹ ਸਾਰਾ ਕੁਛ ਯਾਦ ਕਰਾਉਣਾ, ਉੱਥੇ ਨਾਲ PTC ਦਾ ਵੀ ਇੱਕ ਜਿਹੜਾ ਆਪਾਂ ਪਰਦਾਫਾਸ਼ ਕਰੀਏ। ਅਤੇ ਹਰੇਕ ਚੈਨਲ ਨੂੰ ਅਧਿਕਾਰ ਹੋਣਾ ਚਾਹੀਦਾ, ਹੱਕ ਹੋਣਾ ਚਾਹੀਦਾ ਵੀ ਉਹ ਗੁਰਬਾਣੀ ਨੂੰ ਉੱਥੋਂ ਰਿਲੇਅ ਕਰ ਸਕੇ, ਲੋਕਾਂ ਨੂੰ ਸਰਵਣ ਕਰਾ ਸਕਣ, ਹੁਕਮਨਾਮਾ ਸਾਹਿਬ ਕੋਈ ਵੀ ਸਾਰਾ ਜੋ ਜਿਹੜਾ ਮਰਜ਼ੀ ਆ ਚੈਨਲ ਉੱਤੋਂ ਉਹਨਾਂ ਨਾਲ ਗੱਲਬਾਤ ਕਰਕੇ ਸ਼੍ਰੋਮਣੀ ਕਮੇਟੀ ਨਾਲ, ਅਤੇ ਉਹ ਪ੍ਰਸਾਰਿਤ ਕਰ ਸਕੇ, ਲੋਕਾਂ ਨੂੰ ਦਿਖਾ ਸਕੇ ਪ੍ਰੋਗਰਾਮ, ਗੁਰਬਾਣੀ ਸੁਣਾ ਸਕੇ, ਹੁਕਮਨਾਮਾ ਸੁਣਾ ਸਕੇ। ਇਸ ਵਾਸਤੇ ਮੈਂ ਇਸ ਗੱਲ ਦੀ ਬਹੁਤ ਜ਼ਿਆਦੀ ਬਹੁਤ ਨਿਖੇਧੀ ਕਰਦਾ ਇਸ ਗੱਲ ਦੀ ਕਿ ਇਹਨਾਂ ਨੇ ਜਿਹੜਾ ਆਪਣਾ ਹੱਕ ਜਿਤਾਇਆ ਆ ਕਿ ਹੁਕਮਨਾਮਾ ਸਾਹਿਬ ਅਸੀਂ ਰਿਲੇਅ ਕਰ ਸਕਦੇ, ਹੋਰ ਕੋਈ ਨਹੀਂ ਕਰ ਸਕਦਾ, ਕਿਉਂ ਇਹਨਾਂ ਨੂੰ ਇਹ ਕਿੰਨੇ ਅਧਿਕਾਰ ਦਿੱਤੇ, ਅਸੀਂ ਪੁੱਛਣਾ ਚਾਹੁੰਦੇ ਹਾਂ। ਅਸੀਂ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਧਾਨ ਉਹਨੂੰ ਵੀ ਪੁੱਛਣਾ ਚਾਹੁੰਦੇ ਹਾਂ, ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਉਹਨੂੰ ਵੀ ਪੁੱਛਣਾ ਚਾਹੁੰਦੇ ਇਸ ਗੱਲ ਦਾ ਕਿ ਇਹ ਇਹਨਾਂ ਨੂੰ ਜਿਹੜਾ ਅਧਿਕਾਰ ਆ ਇਹ ਕਿੰਨੇ ਦਿੱਤਾ ਆ ਕਿ ਇਕੱਲਾ ਤੁਸੀਂ ਤੁਹਾਡੀ ਪ੍ਰੋਪਰਟੀ ਆ ਇਹ, ਅਤੇ ਸੋ ਇਹ ਗੱਲਾਂ ਨਹੀਂ ਹੋ ਸਕਦੀਆਂ। ਇਹਨਾਂ ਨੇ ਜੋ ਇੱਕ ਕਤਾਈ ਕੀਤੀ ਆ ਇਹਨਾਂ 'ਤੇ ਬਣਦੀ ਕਾਰਵਾਈ, ਕਿਉਂਕਿ ਬਾਣੀ ਦੀ ਬੇਦਬੀ, ਗੁਰਬਾਣੀ ਦੀ ਬੇਦਬੀ ਇਹਨਾਂ ਨੇ ਕੀਤੀ ਆ। ਜਿਹੜਾ ਉਹਨਾਂ ਨੂੰ ਨੋਟਿਸ ਕੱਢ ਕੇ ਸਿੱਖ ਸਿਆਸਤ ਨੂੰ, ਵੈਬ ਚੈਨਲ ਨੂੰ, ਕਿ ਹੁਕਮਨਾਮਾ ਸਾਹਿਬ ਅਸੀਂ ਰਿਲੇਅ ਕਰ ਸਕਦੇ ਹਾਂ, ਹੋਰ ਕੋਈ ਨਹੀਂ ਕਰ ਸਕਦਾ, ਅਤੇ ਜਿਵੇਂ ਦੂਜਿਆਂ 'ਤੇ 295 ਇਹਦਾ ਪਰਚਾ ਹੋਇਆ ਆ ਗੁਰਬਾਣੀ ਨੂੰ, ਗੁਰਬਾਣੀ ਦੀ ਬੇਦਬੀ ਕਰਨ ਦਾ, ਅਤੇ ਉਸੇ ਤਰ੍ਹਾਂ ਹੀ ਇਹਨਾਂ ਨੇ ਵੀ ਗੁਰਬਾਣੀ ਦੀ ਬੇਦਬੀ ਕੀਤੀ ਆ। ਇਹਨਾਂ 'ਤੇ ਉਹ ਧਰਾਵਾਂ ਲਾ ਕੇ ਅੱਬਲ ਦੇ ਇਹਨਾਂ 'ਤੇ 302 ਦਾ ਪਰਚਾ ਹੋਣਾ ਚਾਹੀਦਾ, ਕਿਉਂਕਿ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਗੁਰੂ ਆ, ਜਿਨ੍ਹਾਂ ਨੂੰ
ਜਿਹੜੀ ਆ ਵਰਲਡ ਵਿਸ਼ਵ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਦੀ, ਜਿੰਦਾ ਗੁਰੂ ਦੀ ਜਿਹੜੀ ਹੈਗੀ ਆ। ਅਤੇ ਇਸ ਵਾਸਤੇ ਇਹਨਾਂ ਨੂੰ ਉਸ ਗੱਲ 'ਤੇ ਨੋਟਿਸ 'ਤੇ ਇਹਨਾਂ ਨੇ ਜਿਹੜਾ ਦੇ ਦਿੱਤਾ ਆ, ਭਾਵੇਂ ਜਿੰਨੀਆਂ ਮਰਜ਼ੀ ਮਾਫੀਆਂ ਮੰਗੀ ਜਾਣ, ਪਰ ਇਹਨਾਂ ਤੋਂ ਹੁਣ ਅਸੀਂ ਜਿਹੜਾ ਇਹ ਚੈਨਲ ਤੋਂ ਇਹ ਸਾਰਾ ਇਸ ਜਿਹੜਾ ਇਹ ਸਾਮਰਾਜ ਤੋਂ ਇਹ ਸਾਰਾ ਕੁਝ ਯਾਦ ਕਰਾਉਣਾ ਚਾਹੁੰਦੇ ਹਾਂ। ਅਤੇ ਅਸੀਂ ਯਾਦ ਕਰਾ ਕੇ ਰਵਾਂਗੇ, ਅਸੀਂ ਇਹਦਾ ਜਿਹੜਾ ਸੰਘਰਸ਼ ਵਿੱਢਿਆ ਉਹ ਉਨ੍ਹਾਂ ਚਿਰ ਵੀ ਬੰਦ ਨਹੀਂ ਹੋਊਗਾ ਜਿੰਨਾ ਚਿਰ ਇਹਨਾਂ ਦੀ ਜਿਹੜੀ ਆਪਣੀ ਇਹਨਾਂ 'ਤੇ ਕਾਰਵਾਈ ਨਹੀਂ ਹੋ ਜਾਂਦੀ। ਅਤੇ ਸ਼੍ਰੋਮਣੀ ਕਮੇਟੀ ਦੇ ਅਕਾਲ ਤਖ਼ਤ ਸਾਹਿਬ ਇਹਨਾਂ 'ਤੇ ਨੋਟਿਸ ਲੈ ਕੇ ਇਹਨਾਂ ਦੇ ਸੋ ਇਹਨਾਂ ਨਾਲ ਐਗਰੀਮੈਂਟ ਕੀਤੇ ਨੇ, ਉਹ ਸਾਰੇ ਖਾਰਜ ਨਹੀਂ ਹੋ ਜਾਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।